उधर कार पार्किंग है, ये दी मेन एंट्रेंस। तो आगे आ गई ये फ्लावर शॉप, बहुत प्यारे फ्लावर्स ने। इस तो आगे आ गया प्लेग्राउंड एक्वेरियम। वाह बेटा, कैंडी स्टोर। हूँ आप खाने कैंडीज, इतने बहुत ज़्यादा डिफरेंट फ्लेवर्स हैं कैंडीज ने। Hi guys, welcome back to our channel. ਹੋਰ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ? ਸਭ ਠੀਕ ਠਾਕ ਹੋ? ਅਸੀਂ ਵੀ ਠੀਕ ਹੈ। ਅਸੀਂ ਅੱਜ ਆਏ ਹੋਏ ਸ਼ੋਪਿੰਗ ਮਾਲ, ਇਹ ਫਿਸ਼ਕੇ ਟੋਏ ਦਾ ਨਾਂ ਹੈ। ਇਹ ਸਾਡੀ ਦੁਕਾਨ ਤੋਂ ਤਕਰੀਬਨ 1.5 ਕਿਲੋਮੀਟਰ ਦੂਰ 'ਤੇ ਹੈ, ਦੂਰੀ 'ਤੇ ਹੈ। ਬਹੁਤ ਵਧੀਆ ਮਾਲ ਹੈ, ਬਹੁਤ ਪੁਰਾਣਾ ਮਾਲ ਹੈ, ਸਾਰੀਆਂ ਦੁਕਾਨਾਂ ਇੱਥੇ ਅਵੇਲੇਬਲ ਹੈ। ਅੰਦਰ ਕਾਫੀ ਸ਼ਾਪਸ ਵੀ ਹੈਗੀਆਂ, ਘੁਮਾਵਾਂਗੇ ਤੁਹਾਨੂੰ, ਤਗੜੇ ਹੋ ਜਾਓ ਥੋੜ੍ਹਾ ਜਿਹਾ। थोड़ा जहा बाहरों भी दिखा देनी है। उधर कार पार्किंग है, ये दी मेन एंट्रेंस। अदर सिनेमा हॉल है, देखो उधर मेन रोड आ गया। ये ग्राउंड फ्लोर ते मोस्टली क्लोथ शॉप्स ने ते रेस्टोरेंट्स। हजे करोना करके बहुत ज़्यादा लोग नहीं है इतने, नॉर्मली तो बहुत ज़्यादा रश हो जाता। ये स्टार्टिंग है ग्राउंड फ्लोर, ये तो सारा देख सकते कितने कितने केड़ियाँ शॉप्स ने ते केड़े फ्लोर ते की है। जो भी हेल्प लेनी होवे कितने दुकाना ने रेस्टोरेंट्स ने। कार पार्किंग में केड़ा रास्ता जाता, तो स्पोर्ट्स मास्टर सारा कुछ इतने, जो भी फोन शॉप्स। ये जो मॉल है ना फिश किटो है, तो ये ना फिर इतने पहला फ्रॉम 1958 तो 1999 तक इतने फिश मार्केट सी, उसके नाम से ही नाम पिया हुआ। इन डैनिश के फिश नू फिश कहते हैं। तो यह डेनमार्क का थर्ड लार्जेस्ट शॉपिंग मॉल है। हूँ जो यदि सारी वीडियो बनाने लगी तो बहुत लंबी बन जाएगी, पर मैं तुम्हें शॉर्ट के थोड़ा थोड़ा दिखाने की ट्राई करूँगी। फिश के नाँ से यदा नाम पैन करके इन्होंने थान थान दिया फिशेस के डिजाइन डिजाइन बनाए हुए हैं। इस तो अगे ये बैग शॉप आ गई, इतने बहुत प्यार वधिया बैग मिलते हैं, मतलब स्कूल बैग्स या होर भी सारे तरह के लगेज वगैरह। उधर H&M है, तो इधर ये माता's है। ये माताज के कॉस्मैटिक समान मिलता, तो एज अ फार्मेसी भी हैगी, सारी तरह दवाइया वगैरह मिल जाए ने इतने। तो इस तो अगे आ गई ये फ्लावर शॉप, बहुत प्यारे फ्लावर्स ने, देखो ग्रीन पर्पल येलो, वाओ लवली फ्लावर्स। इस तो अगे आ गई स्टारबक्स, तो आप थोड़ा घूम लीए फिर उस तो बाद पीने कॉफी। इधर ये कार्ड्स ने, बर्थडे कार्ड्स। हूँ जिदा बर्थडे आ सू मैसेज करो कमेंट बॉक्स, तू असी बर्थडे कार्ड भेजा इतों, बहुत वधिया बर्थडे कार्ड्स ने। तो इधर है सुपरमार्केट, इन्हों के फ्लावर्स भी बहुत सोहने होंगे ने, ऑलमोस्ट सेम ही ने शॉप की तरह। और प्लांट्स भी होंगे मिलना। इधर कॉफी शॉप है, एस्प्रेसो हाउस। इस तो बाद आ गया आप बेकरी दे,
ਇਹ ਵੀ ਬਹੁਤ ਵਧੀਆ ਬੇਕਰੀ ਹੈ, ਇਹਨਾਂ ਦੇ ਕੇਕਸ ਬਹੁਤ ਵਧੀਆ ਆਉਂਦੇ ਨੇ, ਹੋਰ ਇਹਨਾਂ ਦੇ ਮਫਿਨਸ ਨੇ, ਕੱਪ ਕੇਕਸ ਨੇ, ਡਰਿੰਕਸ ਵੀ ਹੈਗੀਆਂ ਨੇ, ਅਤੇ ਬ੍ਰੈਡਸ ਨੇ, ਬੱਚਿਆਂ ਦੇ ਜਿਹੜੇ ਨੋਰਮਲ ਬ੍ਰੈਡਸ ਹੁੰਦੇ ਨੇ ਉਹ ਬਹੁਤ ਸੌਫਟ ਹੁੰਦੇ ਨੇ। ਇਸ ਤੋਂ ਅੱਗੇ ਆ ਗਿਆ ਪਲੇਗਰਾਊਂਡ ਐਕੁਆਰੀਅਮ, ਦੇਖ ਲਓ ਇੱਥੇ ਵਾਓ ਫਿਸ਼ਸ, ਅਮੇਜ਼ਿੰਗ। ਇੱਧਰਲੀ ਸਾਈਡ ਬੱਚੇ ਖੇਡਦੇ ਰਹਿੰਦੇ ਨੇ ਨਾ, ਬਹੁਤ ਵਧੀਆ ਬੱਚਿਆਂ ਦਾ ਖੇਡਣ ਲਈ ਬਣਿਆ ਹੋਇਆ। ਇਹ ਬੱਚਿਆਂ ਦਾ ਜੋ ਖੇਡਣ ਲਈ ਬਣਿਆ ਹੋਇਆ, ਇਹ ਮੀਨਸ ਹਰ 6 ਜਾਂ 7 ਮਹੀਨੇ ਬਾਅਦ ਇਹਨੂੰ ਚੇਂਜ ਕਰਦੇ ਰਹਿੰਦੇ ਨੇ। ਪਹਿਲਾਂ ਇੱਥੇ ਕੁਛ ਹੋਰ ਬਣਿਆ ਹੋਇਆ ਸੀ, ਫਿਰ ਉਹਨਾਂ ਨੇ ਮਤਲਬ ਸਾਰਾ ਰਿਮੂਵ ਕਰਤਾ ਉਹ, ਅਤੇ ਇੱਥੇ ਇਹ ਬਣਾਤਾ। ਬੱਚੇ ਤਾਂ ਜ਼ਿਆਦਾ ਛੋਟੇ ਬੱਚੇ ਨੇ, ਉਹਨਾਂ ਦੇ ਖੇਡਣ ਲਈ ਬਹੁਤ ਵਧੀਆ, ਮਤਲਬ ਜ਼ਿਆਦਾ ਕੁਛ ਉੱਚੀ ਨੀਵੇਂ ਵੀ ਨਹੀਂ ਹੈਗਾ, ਅਤੇ ਬਹੁਤ ਵਧੀਆ। ਹੁਣ ਤਾਂ ਵੈਸੇ ਕਰੋਨਾ ਕਰਕੇ ਨਾ ਜ਼ਿਆਦਾ ਬੱਚੇ ਨਹੀਂ ਹੈਗੇ ਇੱਥੇ, ਨਹੀਂ ਤਾਂ ਬਹੁਤ ਰਸ਼ ਹੁੰਦਾ। ਹੁਣ ਆਪਾਂ ਚੱਲਦੇ ਹਾਂ ਅਪਸਟੇਅਰਸ, ਜਾ ਕੇ ਦੇਖਦੇ ਹਾਂ ਥੋੜ੍ਹਾ ਜਿਹਾ ਉੱਪਰ, ਤੁਹਾਨੂੰ ਘੁਮਾਉਂਦੇ ਹਾਂ। ਇੱਧਰ ਮੋਬਾਈਲ ਰਿਪੇਅਰ ਸ਼ੋਪ ਆ, ਮੇਰੇ ਵਰਗੇ ਜਿਨ੍ਹਾਂ ਦਾ ਫੋਨ ਦੂਏ ਧੀਏ ਦਿਨ ਟੁੱਟਿਆ ਰਹਿੰਦਾ, ਉਹ ਆ ਕੇ ਇੱਥੇ ਸੈੱਟ ਕਰਾ ਸਕਦੇ ਹੋ। ਇਹ ਲੇਡੀ ਜਵੈਲਰੀ ਸ਼ੋਪ, ਦੇਖੋ ਬਾਈਕ ਕਿੰਨੀ ਵਧੀਆ, ਜੇ ਕਿਸੇ ਨੂੰ ਚਲਾਉਣ ਚਲਾ ਲਓ। ਹੁਣ ਆਪਾਂ ਆ ਗਏ ਹਾਂ ਜੀ ਸਪੋਰਟ ਮਾਸਟਰ, ਜਿਵੇਂ ਤੁਹਾਨੂੰ ਪਤਾ ਹੀ ਇੱਥੇ ਸਾਰਾ ਸਪੋਰਟਸ ਦਾ ਸਮਾਨ ਹੀ ਮਿਲਦਾ, ਉਸ ਤੋਂ ਇਲਾਵਾ ਸ਼ੂਜ਼, ਕਲੋਥਸ, ਗਲਵਸ, ਵਾਟਰ ਪਟਰ, ਮੂਲ ਬਟਰ, ਸਾਰਾ ਕੁਛ ਇੱਥੇ ਹੁੰਦਾ ਹੀ ਹੈ। ਅਤੇ ਵੈਸੇ ਅਸੀਂ ਇੱਥੇ ਆਏ ਸੀ ਮੇਰੇ ਬੇਟੇ ਦੇ ਸ਼ੂਜ਼ ਚੇਂਜ ਕਰਨ ਵਾਸਤੇ, ਲਾਸਟ ਵੀਕ ਲੈ ਗਏ ਸੀ, ਉਹਨਾਂ ਦਾ ਸਾਈਜ਼ ਵੱਡਾ ਆ ਗਿਆ, ਅਤੇ ਜਾਂਦੇ ਜਾਂਦੇ ਉਹ ਵੀ ਚੇਂਜ ਕਰ ਦਾਂਗੇ ਤੁਹਾਨੂੰ ਘੁਮਾਉਂਦੇ ਨਾਲ ਨਾਲ। ਵੈਸੇ ਇਹ ਡਬਲ ਹੈ, ਨੀਚੇ ਵੀ ਸੇਮ ਹੀ ਹੈ, ਅਤੇ ਆਈ ਥਿੰਕ ਉੱਪਰ ਮੈਨ ਦੇ ਨਹੀਂ, ਨੀਚੇ ਵਿਮੈਨ ਦਾ ਸਮਾਨ ਹੈ ਸਾਰਾ ਇੱਥੇ। ਵਾਹ ਬੇਟਾ, ਕੈਂਡੀ ਸਟੋਰ, ਹੁਣ ਆਪਾਂ ਖਾਂਦੇ ਹਾਂ ਕੈਂਡੀਜ਼। ਇੱਥੇ ਬਹੁਤ ਜ਼ਿਆਦਾ ਡਿਫਰੈਂਟ ਫਲੇਵਰਸ ਦੀਆਂ ਕੈਂਡੀਜ਼ ਨੇ, ਡੈਨਿਸ਼ ਵੀ ਬਹੁਤ ਕੈਂਡੀਜ਼ ਖਾਂਦੇ ਨੇ, ਵਰਲਡ ਦੇ ਸੈਕਿੰਡ ਬਿਗੈਸਟ ਕੈਂਡੀ ਈਟਰ ਨੇ, ਮਤਲਬ ਫਰਾਈਡੇ ਇਹਨਾਂ ਨੇ ਕੈਂਡੀ ਡੇ ਰੱਖਿਆ ਹੁੰਦਾ, ਉਸ ਦਿਨ ਇਹਨਾਂ ਨੇ ਕੈਂਡੀਜ਼ ਖਾਣੀਆਂ ਹੀ ਖਾਣੀਆਂ ਨੇ। ਨੋਰਮਲੀ ਵੀ ਖਾਂਦੇ ਰਹਿੰਦੇ ਨੇ, ਪਰ ਫਰਾਈਡੇ ਤਾਂ ਮਤਲਬ ਫੱਟੇ ਚੱਕ ਦਿੰਦੇ ਨੇ, ਸਾਰੇ ਸਟੋਰਸ ਫੁੱਲ ਹੁੰਦੇ ਨੇ। ਇੱਥੇ ਨੇਲ ਸ਼ੋਪ ਆ, ਅਤੇ ਪੈਡੀਕਿਊਰ ਮੈਨੀਕਿਊਰ ਵੀ ਕਰਦੇ ਨੇ, ਜੇ ਕਿਸੇ ਨੇ ਕਰਾਉਣਾ ਹੋਵੇ ਇੱਥੇ ਆ ਕੇ ਦੇਖ ਸਕਦੇ ਹੋ।